लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। शिवसेना बाल ठाकरे दे पंजाब प्रधान योगराज की देखरेख विच अज पठानकोट विच कैबिनेट मंत्री नवजोत सिंह सिद्धू ते खालिस्तानी समर्थक गोपाल सिंह चावला दे पुतलियां नूं गदियां ते बिठा के शहर विच रोस मार्च कढ़िया गया। रोस मार्च विच भारी शिवसेना समर्थक पहुंचे। शिवसेना बाल ठाकरे वल्लों शहर दे चौराहे ते कैबिनेट मंत्री नवजोत सिंह सिद्धू ते खालिस्तानी समर्थक गोपाल सिंह चावला दे पुतले भी फूके गए। ਜਿਹੜਾ ਕੋਰੀਡੋਰ ਆ ਉਹਦਾ ਸਿਰਸਾਣਾ ਨੇ ਕਦੀ ਵਿਰੋਧ ਨਹੀਂ ਕੀਤਾ ਕਿਉਂਕਿ ਇੱਕ ਸਾਡਾ ਬਹੁਤ ਹੀ ਵਿਸ਼ਵ ਵਿਖਿਆਤ ਤੀਰਥ ਸਥਾਨ ਜਿਹੜਾ ਪਾਕਿਸਤਾਨ ਦੇ, ਲੇਕਿਨ ਇਸ ਤੀਰਥ ਸਥਾਨ ਦੀ ਐਵਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜਾ ISI ਨਾਲ ਮਿਲ ਕੇ ਗੋਪਾਲ ਸਿੰਘ ਚਾਵਲਾ ਜਿਹੜਾ ਉੱਥੋਂ ਦੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪੂਰਵ ਮਹਾਂ ਸਚਿਵ ਹੈ, ਉਹਦੇ ਇਸ਼ਾਰੇ ਦੇ ਉੱਪਰ ਪੰਜਾਬ ਨੂੰ ਫਿਰ ਤੋਂ ਉਗੜੀ ਆਤੰਕਵਾਦ ਦੀ ਅੱਗ ਦੇ ਵਿੱਚ ਧਕੇਲਣਾ ਚਾਹੁੰਦਾ। ਇਹ ਸ਼ਿਵਸੈਨਾ ਕਦੀ ਵੀ ਜਿਹੜੀ ਆ ਉਹ ਸਹਿਣ ਨਹੀਂ ਕਰੇਗੀ, ਕਿਉਂਕਿ ਅੱਗੇ ਵੀ ਪਿਛਲੇ ਆਤੰਕਵਾਦ ਦੇ ਦੌਰਾਨ 40,000 ਪਰਿਵਾਰ ਜਿਹੜੇ ਹਿੰਦੂ ਜਿਹੜੇ ਹੈਗੇ ਆ ਉਹਨਾਂ ਨੇ ਇੱਥੇ ਸ਼ਹਾਦਤਾਂ ਪਾਈਆਂ। 5 ਲੱਖ ਕਰੀਬ ਜਿਹੜੇ ਹੈਗੇ ਆ ਪੰਜਾਬ ਦੇ ਵਿੱਚੋਂ ਬੜੇ ਬੜੇ ਉਦਯੋਗ ਜਿਹੜੇ ਹਿੰਦੂ ਮੈਜੋਰਟੀ ਦੇ ਉਦਯੋਗ ਸੀਗੇ ਉਹ ਸਾਰੇ ਅਦਰ ਸਟੇਟਾਂ ਵਿੱਚ ਜਿਹੜੇ ਹੈਗੇ ਆ ਸ਼ਿਫਟ ਹੋ ਗਏ। ਲੇਕਿਨ ਅੱਜ ਤੱਕ ਸਿੱਧੂ ਸਾਹਿਬ ਨੇ ਜਿਹੜੇ ਲੋਕ ਆਤੰਕਵਾਦੀ ਚਪੇੜ ਦੇ ਵਿੱਚ ਰਹੇ ਨੇ, ਜਿਨ੍ਹਾਂ ਦੇ ਪਰਿਵਾਰਾਂ ਨੇ ਜਾਨਾਂ ਗਵਾਈਆਂ, ਉਹਨਾਂ ਦੇ ਘਰ ਇੱਕ ਵਾਰੀ ਵੀ ਅਫਸੋਸ ਜ਼ਾਹਿਰ ਕਰਨਗੇ ਨਾ। ਉਹਨਾਂ ਹਿੰਦੂ ਪਰਿਵਾਰਾਂ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਵਧੀਆ ਤਰੀਕੇ ਨਾਲ ਮੁਆਵਜ਼ਾ ਜਿਹੜਾ ਦਿੱਤਾ ਹੈਗਾ, ਲੇਕਿਨ ਅੱਜ ਫਿਰ ਪੰਜਾਬ ਦੇ ਹਿੰਦੂ ਸਮੁਦਾਇ ਨੂੰ ਇੱਕ ਡਰਾਉਣ ਦਾ ਬਹੁਤ ਵੱਡਾ ਜਿਹੜਾ ਸ਼ੜਯੰਤਰ ਉਹ ਰਚਿਆ ਜਾ ਰਿਹਾ, ਜਿਹੜਾ ਸ਼ਿਵਸੈਨਾ ਕਦੇ ਸਹਿਣ ਨਹੀਂ ਕਰੇਗੀ। ਇਸ ਕਰਕੇ ਸ਼ਿਵਸੈਨਾ ਅੱਜ ਪੂਰੇ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ISI ਦਾ ਜਿਹੜਾ ਮੇਨ ਏਜੰਟ ਆ ਗੁਲਾਬ ਗੋਪਾਲ ਸਿੰਘ ਚਾਵਲਾ ਉਹਦਾ ਵਿਰੋਧ ਕਰ ਰਹੀ ਹੈ ਸ਼ਿਵਸੈਨਾ, ਕਿਉਂਕਿ ਗੁਲਾਬ ਚਾਵਲਾ ਉਹ ਸ਼ਖਸ ਹੈ ਜਿਸ ਵਿਅਕਤੀ ਨੇ ਦੀਨਾ ਨਗਰ ਦੇ ਵਿੱਚ ਜਿਹੜਾ ਥਾਣੇ ਦੇ ਵਿੱਚ ਅਟੈਕ ਹੋਇਆ ਸੀ ਉਹਦੇ ਵਿੱਚ ਵੀ ਪੂਰਨ ਹੱਥ ਜਿਹੜਾ ਗੋਪਾਲ ਚਾਵਲੇ ਦਾ ਸੀਗਾ। ਇਸ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸ਼ਿਵਸੈਨਾ ਨੇ ਹਮੇਸ਼ਾ ਕੰਮ ਕੀਤਾ, ਸ਼ਿਵਸੈਨਾ ਕਰਦੀ ਰਹੇਗੀ। ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ ਉਹਨਾਂ ਦੀ ਇੱਟ ਨਾਲ ਇੱਟ ਵਜਾਉਣ ਵਾਸਤੇ ਪੂਰੇ ਪੰਜਾਬ ਦੀ ਜਿਹੜੀ ਸ਼ਿਵਸੈਨਾ ਤਿਆਰ ਆ। ਗਧਿਆਂ ਦੀ ਸੋਚ ਇਹਨਾਂ ਲੋਕਾਂ ਕੋਲੋਂ ਅੱਛੀ ਆ, ਅਸੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਗਧਾ ਵੀ ਜਿਹੜਾ ਆਪਣੇ ਮਾਲਕ ਦਾ ਵਫ਼ਾਦਾਰ ਹੈ। ਲੇਕਿਨ ਇਹ ਜਿਹੜੇ ਲੋਕ ਆ ਨਵਜੋਤ ਸਿੱਧੂ ਵਰਗੇ ਜਿਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਸਥਾਨ ਦਿੱਤਾ ਉਹਨਾਂ ਤੋਂ ਖਿਲਾਫ਼ ਜਾ ਕੇ ਬਾਰਡਰ ਟੱਪਦੇ ਨੇ, ਪਾਰ ਜਾਂਦੇ ਨੇ, ਦੇਸ਼ ਵਿਰੋਧੀ ਤਾਕਤਾਂ ਨਾਲ ਫੋਟੋਆਂ ਕਰਵਾਉਂਦੇ, ਦੇਸ਼ ਵਿਰੋਧੀ ਤਾਕਤਾਂ ਨਾਲ ਜੱਫੀਆਂ ਪਾਉਂਦੇ ਨੇ। ਇਸ ਕਰਕੇ ਇਹ ਜਿਹੜੀਆਂ ਗੱਲਾਂ ਸਾਰੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣ ਕੇ ਲਈ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।